ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇਸੀ ਬੰਦੇ ਬਲੌਗ ਅਤੇ ਅਮਨ ਬੁਟੀਕ ਦੇ ਉੱਤੇ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਰਪਲ ਅਤੇ ਪਰਪਲ ਦਾ ਪਸ਼ਮੀਨਾ ਸੂਟ, ਜਿਹਦੇ ਉੱਤੇ ਕਢਾਈ ਕੀਤੀ ਜਾ ਰਹੀ ਆ। ਕੁਝ ਹੱਦ ਤੱਕ ਕਢਾਈ ਕੀਤੀ ਜਾ ਚੁੱਕੀ ਆ ਅਤੇ ਬਾਕੀ ਕਢਾਈ ਹੁਣ ਤੁਹਾਡੇ ਸਾਹਮਣੇ ਚੱਲ ਰਹੀ ਹੈ। ਬਹੁਤ ਮਿਹਨਤ ਦਾ ਕੰਮ ਆ, ਇਸ ਲਈ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਬਹੁਤ ਪਸੰਦ ਕਰੋਗੇ, ਲਾਈਕ ਕਰੋਗੇ ਅਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰੋਗੇ। ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਢਾਈ ਕਿੱਦਾਂ ਦੀ ਲੱਗੀ। ਅਤੇ ਜੇਕਰ ਕਿਸੇ ਵੀਰ ਭੈਣ ਨੇ ਸੂਟ ਕਢਾਈ ਕਰਵਾਉਣਾ ਹੋਵੇ ਤਾਂ ਅਸੀਂ ਆਪਣਾ ਨੰਬਰ ਮੈਨਸ਼ਨ ਕਰਾਂਗੇ, ਤੁਸੀਂ ਸਾਨੂੰ ਉਹਦੇ 'ਤੇ ਵਟਸਐਪ 'ਤੇ ਸੰਪਰਕ ਕਰ ਸਕਦੇ ਹੋ, ਕਿਉਂਕਿ ਸਿਰਫ ਉਹ ਵਟਸਐਪ ਦਾ ਨੰਬਰ ਹੈ। ਵਟਸਐਪ ਮੈਸੇਜ ਜਾਂ ਵਟਸਐਪ ਕਾਲ ਕਰ ਸਕਦੇ ਹੋ। ਤੁਸੀਂ ਦੇਖ ਰਹੇ ਹੋ ਵੀ ਕਢਾਈ ਚੱਲ ਰਹੀ ਆ। ਅਸੀਂ ਪਹਿਲਾਂ ਵੀ ਵੀਡੀਓ ਪਾਉਂਦੇ ਸੀਗੇ, ਬਾਕੀ ਹੁਣ ਸਾਨੂੰ ਕਾਫੀ ਟਾਈਮ ਹੋ ਗਿਆ, ਕਾਫੀ ਟਾਈਮ ਤੋਂ ਬਾਅਦ ਪਾਈ ਆ, ਕਿਉਂਕਿ ਅਸੀਂ ਆਪਣੇ ਘਰ ਦਾ ਕੰਮ ਸਟਾਰਟ ਕੀਤਾ ਹੋਇਆ ਸੀ, ਮਿਸਤਰੀ ਲਾਇਆ ਹੋਇਆ ਸੀਗਾ, ਘਰ ਪਾਇਆ। ਅਤੇ ਵੀਡੀਓ ਨੂੰ ਸਾਰਿਆਂ ਦੇਖਿਆ ਕਰੋ, ਕਿਉਂਕਿ ਸਾਰਾ ਦੇਖ ਕੇ ਹੀ ਪਤਾ ਲੱਗਦਾ ਵੀ ਕਢਾਈ ਕਿੰਨਾ ਮਿਹਨਤ ਦਾ ਕੰਮ ਹੈ ਇਹ। ਅਤੇ ਤੁਸੀਂ ਇੱਕ ਇਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਲੋਕਾਂ ਤੱਕ, ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਜੇਕਰ ਕਿਸੇ ਨੇ ਕਢਾਈ ਵਗੈਰਾ ਕਰਵਾਉਣੀ ਹੁੰਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕੇ। ਵੀਡੀਓ ਨਾਲ ਬਣੇ ਰਹੋ, ਦੇਖ ਸਾਰੀ ਦੇਖਦੇ ਰਹੋ। ਅਸੀਂ ਮਸ਼ੀਨੀ ਕਢਾਈ ਕਰਦੇ ਹਾਂ ਅਤੇ ਜੇ ਕਿਸੇ ਵੀ ਆਪਣਾ ਭੈਣ ਵੀਰ ਨੇ ਕੋਈ ਵੀ ਫੁੱਲ ਕਢਾਉਣਾ ਹੁੰਦਾ, ਉਹ ਸਾਨੂੰ ਪਹਿਲਾਂ ਡਿਜ਼ਾਇਨ ਭੇਜ ਦਿੰਦਾ, ਫਿਰ ਅਸੀਂ ਉਹਨੂੰ ਛਾਪ ਕੇ ਅਤੇ ਤਿਆਰ ਕਰਕੇ ਫਿਰ ਕਢਾਈ ਕਰਦੇ ਹਾਂ। ਕਿਉਂਕਿ ਸੂਟ ਉੱਤੇ ਇੱਕ ਕਢਾਈ ਕਰਨ ਤੋਂ ਪਹਿਲਾਂ ਦੀ ਵੀ ਬਹੁਤ ਜ਼ਿਆਦਾ ਮਿਹਨਤ ਆ। ਪਹਿਲਾਂ ਫੁੱਲ ਛਾਪਿਆ ਜਾਂਦਾ, ਫਿਰ ਉਹਨੂੰ ਟਰੇਸ ਪੇਪਰ 'ਤੇ ਉਤਾਰਿਆ ਜਾਂਦਾ, ਫਿਰ ਸੂਟ ਉੱਤੇ ਟਰੇਸ ਕੀਤਾ ਜਾਂਦਾ, ਫਿਰ ਉਦੋਂ ਬਾਅਦ ਕਿਤੇ ਜਾ ਕੇ ਕਢਾਈ ਕੀਤੀ ਜਾਂਦੀ ਹੈ। ਇਸ ਲਈ ਅਸੀਂ ਉੱਥੋਂ ਮੈਂ ਤੁਹਾਨੂੰ ਇਹ ਵਾਰ ਵਾਰ ਕਹਿਣਾ ਵੀ ਤੁਸੀਂ ਲਾਈਕ ਜ਼ਰੂਰ ਕਰਦਿਆ ਕਰੋ, ਕਿਉਂਕਿ ਲਾਈਕ ਨਾਲ ਕੋਈ ਐਂ ਵੀ ਲਾਈਕ ਨਾਲ ਕੋਈ ਰੁਪਈਏ ਵਗੈਰਾ ਨਹੀਂ ਵੜਦੇ, ਪਰ ਲਾਈਕ ਨਾਲ ਬੰਦੇ ਨੂੰ ਐਂ ਰਹਿੰਦਾ ਵੀ ਯਾਰ ਆਪਣੀ ਵੀਡੀਓ ਲੋਕਾਂ ਨੇ ਲਾਈਕ ਕਰੀ ਅਤੇ ਹੌਸਲਾ ਇਹ ਬਣਿਆ ਰਹਿੰਦਾ। ਤੁਸੀਂ ਸਾਰੀ ਵੀਡੀਓ ਦੇਖਿਓ, ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਊਗੀ। ਅਤੇ ਤੁਸੀਂ ਵੀਡੀਓ ਅੱਗੇ ਵਾਰੀ ਵਾਰੀ ਕਹਿਣਾ ਵੀ ਤੁਸੀਂ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਕਿਸੇ ਨੇ ਵੀ ਕੋਈ ਕੰਮ ਕਰਾਉਣਾ, ਸੂਟ ਕਢਾਈ ਕਰਾਉਣੀ ਆ ਤਾਂ ਉਹ ਸਾਥੋਂ ਕਰਵਾ ਸਕੇ। ਅਤੇ ਤੁਹਾਡੇ ਲੋਕਾਂ ਨਾਲ ਹੀ ਆ ਵੀ ਅੱਗੇ ਅਸੀਂ ਵੀ ਥੋੜ੍ਹਾ ਮੋਟਾ ਫੇਮਸ ਹੋ ਜਾਵਾਂਗੇ, ਸਾਡਾ ਕੰਮ ਤਰੱਕੀਆਂ 'ਤੇ ਹੋ ਜੂਗਾ, ਜੇਕਰ ਤੁਸੀਂ ਅੱਗੇ ਸ਼ੇਅਰ ਕਰਦੇ ਹੋ। ਵੀਡੀਓ ਨਾਲ ਬਣੇ ਰਹੋ, ਸਾਰੀ ਦੇਖੋ ਵੀਡੀਓ, ਮੈਂ ਤੁਹਾਨੂੰ ਵਾਰ ਵਾਰ ਇਹ ਬੇਨਤੀ ਕਰਦਾ।
ਮੈਂ ਸਾਰੇ ਭੈਣਾਂ ਵੀਰਾਂ ਦਾ ਧੰਨਵਾਦ ਕਰਦਾ ਜੋ ਸਾਡੇ ਨਾਲ ਅਖੀਰ ਤੱਕ ਵੀਡੀਓ ਨਾਲ ਬਣੇ ਰਹੇ। ਅਤੇ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੋ ਬੈੱਲ ਆਈਕਨ ਆ ਉਸਨੂੰ ਦਬਾਓ ਤਾਂ ਕਿ ਸਾਡੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ। ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ ਜੀ ਸਾਰੇ।